ਕੌਮ ਤੇ ਹੋਏ ਇਹਨਾਂ ਜ਼ੁਲਮਾਂ ਨੂੰ ਸਦੀਵੀ ਤੌਰ ਦੇ ਉੱਤੇ ਕਿਵੇਂ ਯਾਦ ਜਿਹੜਾ ਉਹ ਰੱਖਿਆ ਜਿਹੜਾ ਉਹ ਜਾਣਾ ਚਾਹੀਦਾ ਆ, ਜਾਂ ਕਿਵੇਂ ਯਾਦ ਜਿਹੜਾ ਉਹ ਰੱਖਿਆ ਜਾਵੇ, ਕੀ ਹਾਂਜੀ ਹਾਂਜੀ, ਜਿੱਦਾਂ ਸੋ ਤੁਸੀਂ ਇਹ ਅਰਦਾਸ ਵੀ ਦੀ ਗੱਲ ਜਿਹੜੀਆਂ ਕੀਤੀ ਕੌਮੀ ਸੀ। ਯਾਦਾਂ ਨੇ ਨਾ, ਇਹ ਸਫਰਿੰਗ ਨਾਲ ਜੁੜੀਆਂ ਹੋਈਆਂ ਕੌਮੀ ਯਾਦਾਂ ਨੇ, ਹੈ ਨਾ। ਸੋ ਇਸ ਸੰਦਰਭ ਵਿੱਚ ਮੈਂ ਪਹਿਲਾਂ ਵੀ ਗੱਲ ਕਰੀ ਸੀ, ਜਰਮਨ ਦੇ ਵਿਦਵਾਨ ਆ ਜਨ ਐਸਮਾਨ, ਉਹਨਾਂ ਦੀ ਕਿਤਾਬ ਹੈਗੀ ਆ ਰਿਲੀਜਨ ਐਂਡ ਕਲਚਰਲ ਮੈਮਰੀ। ਸੋ ਉਹਦੇ ਵਿੱਚ ਉਹ ਜਿਹੜੀ ਕੌਮੀ ਯਾਦ ਆ ਉਹਦੇ ਬਾਰੇ ਗੱਲ ਕਰਦੇ ਆ, ਉਹਦੇ ਨਾਲ ਸਫਰਿੰਗ ਦੀ ਯਾਦ ਵੀ ਆ ਜਿਹੜੀ ਉਹ ਇੰਬਾਈਬ ਹੁੰਦੀ ਆ। ਉਹ ਕਹਿੰਦਾ ਸਾਡਾ ਅਤੀਤ ਸਾਡੇ ਸਾਹਮਣੇ ਕਿਵੇਂ ਪੇਸ਼ ਹੋ ਰਿਹਾ ਹੈ ਅਤੇ ਉਹ ਕੌਮ ਸਾਹਮਣੇ ਕਿਸ ਕਿਸਮ ਦੇ ਮੰਤਵ ਅਤੇ ਨਿਸ਼ਾਨੇ ਪ੍ਰਗਟ ਕਰ ਰਿਹਾ ਹੈ, ਇਹ ਕੌਮੀ ਯਾਦ ਦਾ ਧੁਰਾ ਬਣਦੇ ਆ। ਕਿਉਂਕਿ ਅਤੀਤ ਵਿੱਚ ਵਾਪਰਿਆ ਨਾ ਜ਼ੁਲਮ, ਹਾਲੇ 40 ਸਾਲ ਹੋ ਗਿਆ, ਚੋ ਫਿਰ ਵੀ ਪਾਸਟ ਆ ਜਿੱਦਾਂ, ਹਨਾ, ਮਤਲਬ ਇਹ ਕਹਿ ਸਕਦੇ ਵੀ ਪ੍ਰੈਜ਼ੈਂਟ ਪਾਸਟ ਆ, ਪਰ ਫਿਰ ਵੀ ਪਾਸਟ ਤਾਂ ਹੈਗਾ ਹੀ ਆ। ਸੋ ਉਹ ਕਹਿੰਦਾ ਸਾਡਾ ਅਤੀਤ ਸਾਡੇ ਸਾਹਮਣੇ ਕਿਵੇਂ ਪੇਸ਼ ਹੋ ਰਿਹਾ ਹੈ ਅਤੇ ਉਹ ਕੌਮ ਸਾਹਮਣੇ ਕਿਸ ਕਿਸਮ ਦੇ ਮੰਤਵ ਅਤੇ ਨਿਸ਼ਾਨੇ ਪੇਸ਼ ਕਰ ਰਹੇ, ਆਹ ਹੈਗੀ ਹੈ ਗੱਲ ਜਿਹੜੀ ਆਪਾਂ ਸਫਰਿੰਗ ਚੋਂ ਨਿਸ਼ਾਨੇ ਜਿਹੜੇ ਲੈਣੇ ਹੈਗੇ ਆ, ਵੀ ਉਸ ਸਫਰਿੰਗ ਨੇ ਕਿਹੜੇ ਮੰਤਵ ਤੇ ਕਿਹੜੇ ਮਨੋਰਥ ਤੇ ਕਿਹੜੇ ਨਿਸ਼ਾਨੇ ਆ ਪੇਸ਼ ਕਰੇ। ਕਹਿੰਦਾ ਕੌਮਾਂ ਦੇ ਇਤਿਹਾਸ ਵਿੱਚ ਕੁਝ ਸਾਕੇ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਭੁੱਲਣਾ ਨਹੀਂ ਚਾਹੀਦਾ ਔਰ ਕੌਮਾਂ ਭੁੱਲਣਾ ਵੀ ਨਹੀਂ ਚਾਹੁੰਦੀਆਂ। ਅਜਿਹੇ ਸਾਕਿਆਂ ਨੂੰ ਲਗਾਤਾਰ ਯਾਦ ਰੱਖਣ ਲਈ ਕੌਮਾਂ ਮੈਮਰੀ ਏਡ ਸਥਾਪਿਤ ਕਰ ਲੈਂਦੀਆਂ ਨੇ। ਉਹਨੇ ਸ਼ਬਦ ਵਰਤਿਆ ਮੈਮਰੀ ਏਡ। ਸੋ ਮੈਮਰੀ ਏਡ ਨੂੰ ਆਪਾਂ ਸਿੱਖਾਂ ਦੀ ਅਰਦਾਸ ਨਾਲ ਕਰ ਸਕਦੇ ਹਾਂ ਕਨਵਰਟ, ਵੀ ਮੈਮਰੀ ਏਡ ਦਾ ਮਤਲਬ ਜਿਹੜੀ ਅਰਦਾਸ ਹੈ ਜਿਹੜੇ ਆਪਾਂ ਅਰਦਾਸ ਵਿੱਚ ਹਰ ਰੋਜ਼ ਪੜ੍ਹਦੇ ਹੈਗੇ, ਵੀ ਜਿਹਨਾਂ ਸਿੰਘਾਂ ਸਿੰਘਣੀਆਂ ਨੇ ਧਰਮਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਟੋਪਣੀਆਂ ਲਵਾਈਆਂ, ਚਰਖੜੀਆਂ ਤੇ ਚੜ੍ਹੇ, ਹਨਾ, ਆਪਣੀ ਕੌਮ ਦੀ ਹੋਂਦ ਦੀ ਸਲਾਮਤੀ ਲਈ ਅਸਹਿਤ ਜਾਂ ਕਹਿ ਕਸ਼ਟ ਸਹਾਰਦੇ ਹੋ ਸ਼ਹੀਦ ਹੋ ਗਏ। ਸੋ ਇਹ ਮੈਮਰੀ ਏਡ ਆ। ਇਸ ਮੈਮਰੀ ਏਡ ਚੋਂ ਫਿਰ ਪੋਲੀਟੀਕਲ ਨਿਸ਼ਾਨਾ ਨਿਕਲਣਾ, ਪੋਲੀਟੀਕਲ ਮੰਤਵ ਨਿਕਲਣਾ, ਜਨ ਐਸਮਾਨ ਨੇ ਜਿਹੜਾ ਇਹ ਕਿਹਾ ਹੈਗਾ ਨਾ। ਉਹ ਕਹਿੰਦੇ ਜਾਂ ਬਾਅਦ ਕੌਮਾਂ ਆਪਣੇ ਇਤਿਹਾਸ ਦਾ ਅੰਦਰੂਨੀਕਰਨ ਕਰ ਲੈਂਦੀਆਂ ਹਨ, ਮੀਨਸ ਇੰਟਰਨਲਾਈਜੇਸ਼ਨ ਹੋ ਜਾਂਦੀ ਆ, ਇੰਟਰਨਲਾਈਜੇਸ਼ਨ ਵੀ ਉਹ ਇੰਨੀ ਸੀਕ੍ਰੇਟ ਇੰਨੀ ਪਵਿੱਤਰ ਹੋ ਜਾਂਦੇ ਆ ਉਹ ਜ਼ੁਲਮ, ਵੀ ਉਹ ਕਿਸੇ ਬਾਹਰੀ ਦਖਲ ਤੋਂ ਆਪਣੀਆਂ ਉਹਨਾਂ ਉਹਨਾਂ ਜ਼ੁਲਮਾਂ ਨੂੰ ਤੇ ਉਹਨਾਂ ਸਹੇ ਕਸ਼ਟਾਂ ਨੂੰ ਉਹਨਾਂ ਤੇ ਕੋਈ ਵੀ ਜਿਹੜਾ ਆਪਾਂ ਕਹਿੰਦੇ ਵੀ ਪਵਿੱਤਰਤਾ ਭੰਗ ਨਾ ਹੋ ਜਾਵੇ, ਉਹਨਾਂ ਕਸ਼ਟਾਂ ਦੀ ਉਹਨਾਂ ਪੀੜਾਂ ਦੀ ਪਵਿੱਤਰਤਾ ਭੰਗ ਨਾ ਹੋ ਜਾਵੇ, ਉਹਦਾ ਇੰਟਰਨਲਾਈਜੇਸ਼ਨ ਕਰ ਲੈਂਦੀਆਂ ਹਨ ਤਾਂ ਕਿ ਇਸ ਨੂੰ ਆਪਣੇ ਭਵਿੱਖ ਦੇ ਵਿਕਾਸ ਲਈ ਵਰਤਿਆ ਜਾ ਸਕੇ, ਆਪਣਾ ਭਵਿੱਖ ਦਾ ਇਤਿਹਾਸ ਸਿਰਜਣ ਲਈ ਇਤਿਹਾਸ ਦਾ ਦਰਦ ਅਤੇ ਪੀੜ ਰਾਹ ਦਰਸਾਵਾ ਬਣਦੇ ਆ। ਇਹ ਜਨ ਆਸਮਾਨ ਕਹਿੰਦਾ। ਸੋ ਜਿਹੜੇ ਇਹ ਦਰਦ ਨੇ ਕੌਮਾਂ ਵੱਲੋਂ ਹਟਾਏ, ਇਹ ਜਿਹੜੇ ਜਿਹੜੇ ਰਾਜਸੀ ਮੰਤਵ ਆ ਆਪਣਾ ਭਵਿੱਖ ਸਿਰਜਣ ਲਈ, ਇਹ ਜਿਹੜੇ ਜਿਹੜੇ ਸਾਡੇ ਹੈਗੇ ਆ ਇਹ ਰਾਹ ਦਰਸਾਵਾ ਬਣਦੇ ਆ। ਸੋ ਇਹਨਾਂ ਵਿਦਵਾਨਾਂ ਦੀਆਂ ਜਿਹੜੀਆਂ ਇਹ ਸਿਧਾਂਤਕ ਪੇਸ਼ਨ ਗੋਈਆਂ, ਇਹਦੇ ਸੰਦਰਭ ਵਿੱਚ ਸਿੱਖਾਂ ਦਾ ਜਿਹੜਾ ਵਰਤਮਾਨ ਇਤਿਹਾਸ ਹੈ ਉਹਦੀ ਇਤਿਹਾਸਕਾਰੀ ਹੋਣੀ ਚਾਹੀਦੀ, ਉਹਦੇ ਲਈ ਰਿਸਰਚ ਸੈਂਟਰ ਹੋਣੇ ਚਾਹੀਦੇ ਆ, ਵਿਦਵਾਨਾਂ ਨੂੰ ਇਸ ਤਰ੍ਹਾਂ ਹੱਲਾਸ਼ੇਰੀ ਦੇ ਕੇ ਕ੍ਰੀਏਟ ਕਰਕੇ। ਸੋ ਇਹ ਜਿਹੜੀ ਜਿਹੜੀ ਪੋਜ਼ਿਟਿਵ ਇਤਿਹਾਸਕਾਰੀ ਹੈ ਸਿੱਖਾਂ ਦੀ ਉਹ ਹੋਣੀ ਚਾਹੀਦੀ ਹੈ। 40 ਸਾਲਾਂ ਬਾਅਦ ਇੱਕ ਤਾਂ ਆਪਾਂ ਹੁਣ 3 ਗੱਲਾਂ ਹੋ ਗਈਆਂ, ਵੀ ਇੱਕ ਤਾਂ ਇਹਨੂੰ ਜੈਨੋਸਾਈਡ ਦੇ ਤੌਰ ਤੇ ਜਿਸ ਤਰ੍ਹਾਂ ਰਜਿਸਟਰ ਕਰਾਈਏ ਇੰਟਰਨੈਸ਼ਨਲ ਪੋਲੀਟੀਕਲ ਇੰਸਟੀਟਿਊਸ਼ਨ ਵਿੱਚ, ਦੂਜਾ ਇਹਦੀ ਕੰਪਨਸੇਸ਼ਨ ਨਾ ਮੰਗੀਏ, ਇਹਦੇ ਅਦਾਲਤਾਂ ਦੇ ਇਨਸਾਫ ਨਾ ਮੰਗੀਏ, ਉਹ ਸਾਡੀ ਸ਼ਹਾਦਤ ਨੂੰ ਧੁੰਦਲਾ ਕਰ ਰਹੇ ਆ ਜਿਹੜੇ ਆਪਾਂ ਅਦਾਲਤਾਂ ਚੋਂ ਸਾਫ ਮੰਗ ਰਹੇ ਹੈਗੇ ਆ। ਤੇ ਤੀਜਾ ਹੈਗਾ ਇਟ ਇਜ਼ ਇਨਸੈਪਰੇਬਲ ਫਰੋਮ ਹੋਪ, ਵੀ ਜਿਹੜੀ ਆਸ ਬਣਾਈ ਆ ਇਹਨਾਂ ਸ਼ਹਾਦਤਾਂ ਨੇ ਉਸ ਆਸ ਦੇ ਨਿਸ਼ਾਨੇ ਨੂੰ ਸਰ ਕਰਨ ਨੇ, ਜਿਸ ਤਰ੍ਹਾਂ ਜਨ ਆਸਮਾਨ ਕਹਿੰਦਾ ਨਾ ਵੀ ਆਪਣੇ ਭਵਿੱਖ ਦਾ ਇਤਿਹਾਸ ਸਿਰਜਣ ਲਈ ਤੇ ਇਤਿਹਾਸ ਦਾ ਦਰਦ ਅਤੇ ਪੀੜ ਆ ਜਿਹੜੀ ਉਹ ਰਾਹ ਦਰਸਾਵਾ ਬਣਦੇ। ਉਹ ਇਹ ਸਾਡੇ ਰਾਹ ਦਰਸਾਵੇ ਆ, ਸਾਡੀਆਂ ਆਉਣ ਵਾਲੀ ਪੀੜ੍ਹੀਆਂ ਦੀ ਜਿਹੜਾ ਮੁਕਤੀ ਦਾ ਕੇਂਦਰ ਆ ਉਹ ਇਹਨਾਂ ਦੋ ਸਾਕਿਆਂ ਵਿੱਚ ਪਿਆ ਹੈਗਾ। ਸੋ ਹੁਣ ਇਹ ਸਿੱਖਾਂ ਦੀ ਲੀਡਰਸ਼ਿਪ ਤੇ ਡਿਪੈਂਡ ਕਰਦਾ ਵੀ ਹਾਓ ਦੇ ਕੈਨ ਮਟੀਰੀਅਲਾਈਜ਼ਡ ਔਨ ਦੀਜ਼ ਸਫਰਿੰਗਸ।